ਅਰੇ ਜੀ ਮੁਗਤ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੇ ਤਿਹਾਰ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਕਿ ਸਾਰੇ ਇਸਤੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਉਣ ਉੱਥੇ ਹੀ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੱਦਾਂ ਆਪਾਂ ਦੇਖਦੇ ਆਂ ਦੀਵਾਲੀ ਵਾਲੇ 2-3 ਦਿਨ ਸ਼ਹਿਰ ਵਿੱਚ ਕਾਫੀ ਰਸ਼ ਹੁੰਦਾ ਹੈ ਜੋ ਵੀ ਬੰਦੇ ਮਾਰਕੀਟ ਵਿੱਚ ਆ ਜਾ ਰਹੇ ਨੇ ਸਪੈਸ਼ਲੀ ਲੇਡੀਜ਼ ਉਹ ਜਿਆਦਾ ਗੋਲਡ ਵਗੈਰਾ ਜੇ ਆਪਣੀ ਜੁਐਲਰੀ ਨਾ ਪਾ ਕੇ ਆਉਣ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਹੜੇ ਮਾੜੇ ਅਨਸਰ ਨੇ ਉਹ ਵੀ ਜਿਆਦਾ ਐਕਟਿਵ ਹੋ ਜਾਂਦੇ ਨੇ ਤੇ ਅਸੀਂ ਨਹੀਂ ਚਾਹੁੰਦੇ ਕਿ ਤਿਹਾਰ ਵਾਲਾ ਦਿਨ ਕਿਸੇ ਇਸ ਤੋਂ ਇਲਾਵਾ ਜਿਦਾ ਕਿ ਆਪਾਂ ਨੂੰ ਪਤਾ ਹੈ ਕਿ ਆਪਣੇ ਸ਼ਹਿਰ ਦੇ ਬਿਲਕੁਲ ਵਿਚ ਦੀ 메ਨ ਹਾਈਵੇ ਲੰਘਦਾ ਹੈ ਕੁਝ ਦੁਕਾਨਦਾਰ ਜਾਂ ਕੁਝ ਰੇੜੀਆਂ ਵਾਲੇ ਉਸ ਸੜਕ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਨੇ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਆਪਾਂ ਇਸ ਤਰੀਕੇ ਇਸ ਤਿਹਾਰ ਨੂੰ ਬਣਾਈਏ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਸਾਡਾ ਵੀ ਕੰਮ ਚੱਲੇ ਤੇ ਲੋਕਾਂ ਨੂੰ ਵੀ ਟ੍ਰੈਫਿਕ ਦੀ ਕੋਈ ਸਮੱਸਿਆ ਨਾ